বিহার ਰਾਜ ਚੋਣ ਕਮਿਸ਼ਨ ਬਹੁਤ ਜਲਦ ਹੀ 2021 ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦੀ ਹੈ ਕਮਿਸ਼ਨ ਨੇ ਇਹਨਾਂ ਚੋਣਾਂ ਲਈ ਨਵੇਂ ਮਾਪਦੰਡ ਅਤੇ ਨਿਯਮ ਜਾਰੀ ਕੀਤੇ ਨੇ ਜਿਹੜੇ ਉਮੀਦਵਾਰ ਇਹਨਾਂ ਨਵੇਂ ਰੂਲਸ ਤੇ ਖਰੇ ਨਹੀਂ ਉਤਰਨਗੇ ਉਹਨਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ ਕਮਿਸ਼ਨ ਨੇ ਨਿਯਮ ਜਾਰੀ ਕੀਤੇ ਨੇ ਕਿ ਜਿਸ ਵੀ ਉਮੀਦਵਾਰ ਦੇ 2 ਤੋਂ ਵੱਧ ਬੱਚੇ ਨੇ ਉਹ ਪੰਚਾਇਤ ਚੋਣ ਨਹੀਂ ਲੜ ਸਕਣਗੇ ਭ੍ਰਿਸ਼ਟਾਚਾਰੀ ਦੇ ਦੋਸ਼ੀ ਨੂੰ ਵੀ ਚੋਣ ਲੜਨ ਦਾ ਮੌਕਾ ਨਹੀਂ ਮਿਲੇਗਾ ਪਹਿਲਾ ਤੋਂ ਅਯੋਗ ਐਲਾਨੇ ਗਏ ਉਮੀਦਵਾਰ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ ਕੋਈ ਵੀ ਮਾਨਸਿਕ ਵਿਗਾੜ ਵਾਲਾ ਵਿਅਕਤੀ ਚੋਣਾਂ ਨਹੀਂ ਲੜ ਸਕੇਗਾ ਉਮੀਦਵਾਰ ਦੇ ਮਾੜੇ ਵਿਹਾਰ ਕਾਰਨ ਜਿਉ ਨੌਕਰੀ ਤੋਂ ਕੱਢਿਆ ਗਿਆ ਹੋਵੇ ਤਾਂ ਵੀ ਉਹ ਚੋਣ ਲੜਨ ਲਈ ਕਾਬਲ ਨਹੀਂ ਸਮਝਿਆ ਜਾਵੇਗਾ ਅਪਰਾਧਿਕ ਮਾਮਲੇਾਂ 'ਚ 6 ਮਹੀਨੇ ਤੋਂ ਵਧੇਰੇ ਸਜ਼ਾ ਕੱਟਣ ਵਾਲਾ ਵਿਅਕਤੀ ਵੀ ਯੋਗ ਨਹੀਂ ਮੰਨਿਆ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਉਮੀਦਵਾਰ ਪੰਚਾਇਤ ਤੋਂ ਤਨਖਾਹ ਜਾਂ ਲਾਭ ਲੈਂਦੇ ਨੇ ਉਹ ਵੀ ਚੋਣ ਨਹੀਂ ਲੜ ਸਕਣਗੇ ਇਸ ਵਾਰ ਚੋਣ ਲੜਨ ਲਈ ਚਰਿੱਤਰ ਮਾਣ ਪੱਤਰ ਦੀ ਜ਼ਰੂਰਤ ਨਹੀਂ ਹੋਵੇਗੀ ਇਸ ਵਾਰ ਬਿਹਾਰ ਚ ਚੋਣਾਂ 10 ਗੇੜਾਂ ਚ ਮੁਕੰਮਲ ਹੋਣਗੀਆਂ ਦੱਸਣਯੋਗ ਹੈ ਕਿ ਬੀਤੇ ਦਿਨੀ ਨਿਤਿਸ਼ ਕੈਬਨਿਟ ਦੀ ਮੀਟਿੰਗ ਵਿੱਚ ਪੰਚਾਇਤ ਚੋਣਾਂ 10 ਗੇੜਾਂ ਚ ਮੁਕੰਮਲ ਕਰਵਾਉਣ ਦੇ ਪ੍ਰਸਤਾਵ ਤੇ ਮੋਹਰ ਲਗਾ ਦਿੱਤੀ ਗਈ ਸੀ ਅਗਲੀਆਂ ਬਿਹਾਰ ਚੋਣਾਂ ਲਈ ਰਾਜ ਸਰਕਾਰ 90000 ਈਵੀਐਮ ਮਸ਼ੀਨਾਂ ਖਰੀਦੇਗੀ